ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਆਏ ਸ਼ੰਕਰ ਲਾਲ ਦੇ ਪਰਿਵਾਰ ਦੀ 18 ਸਾਲਾਂ ਬੇਟੀ ਨਿੱਕੀ ਅੱਜ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਬਾਖੂਬੀ ਕਰ ਰਹੀ ਹੈ। ਨਿੱਕੀ ਦੀ ਉਮਰ ਮਹਿਜ਼ 18 ਸਾਲ ਦੀ ਹੈ ਪਰ ਨਿੱਕੀ ਇੱਕ ਪੇਸ਼ੇਵਰ ਰਾਜ ਮਿਸਤਰੀ ਬਣ ਚੁੱਕੀ ਹੈ ਜੋ ਕਿ ਵੱਡੀਆਂ-ਵੱਡੀਆਂ ਕੋਠੀਆਂ ਆਪਣੇ ਹੱਥਾਂ ਨਾਲ ਬਣਾ ਰਹੀ ਹੈ। ਅਜਿਹਾ ਸ਼ਾਇਦ ਪਹਿਲੀ ਵਾਰ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਲੜਕੀ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੋਵੇ। ਦੱਸ ਦਈਏ ਕਿ ਨਿੱਕੀ ਦਾ ਪਿਤਾ ਸ਼ੰਕਰ ਲਾਲ ਵੀ ਉਸਦੇ ਨਾਲ ਹੀ ਕੰਮ ਕਰਦਾ ਹੈ। ਸ਼ੰਕਰ ਲਾਲ ਇੱਟਾਂ ਅਤੇ ਸਿਮਿੰਟ ਬਣਾ ਕੇ ਨਿੱਕੀ ਨੂੰ ਦਿੰਦਾ ਹੈ ਅਤੇ ਨਿੱਕੀ ਇਹਨਾਂ ਇੱਟਾਂ ਅਤੇ ਸਿਮਿੰਟ ਨਾਲ ਲੋਕਾਂ ਦੇ ਆਸ਼ੀਆਨੇ ਬਣਾਉਂਦੀ ਹੈ। ਨਿੱਕੀ ਇੱਕ ਦਿਨ ਵਿੱਚ 400 ਰੁਪਏ ਕਮਾਉਂਦੀ ਹੈ ਜਦੋਂ ਕਿ ਉਸਦੇ ਪਿਤਾ ਨੂੰ 300 ਰੁਪਏ ਇੱਕ ਦਿਨ ਦੀ ਮਿਹਨਤ ਮਿਲਦੀ ਹੈ। ਸੋ ਇਸ ਲਿਹਾਜ਼ ਨਾਲ ਨਿੱਕੀ ਆਪਣੀ ਨਿੱਕੀ ਉਮਰੇ ਹੀ ਆਪਣੇ ਪਿਤਾ ਤੋਂ ਵੱਧ ਕਮਾ ਰਹੀ ਹੈ ਅਤੇ ਆਪਣੇ ਪਰਿਵਾਰ ਨੂੰ ਚਲਾ ਵੀ ਰਹੀ ਹੈ। ਨਿੱਕੀ ਦੇ ਪਿਤਾ ਸ਼ੰਕਰ ਲਾਲ ਦੇ ਦੱਸਣ ਮੁਤਾਬਕ ਉਸਦੇ 6 ਬੱਚੇ ਨੇ ਜਿਨ੍ਹਾਂ ਵਿੱਚੋਂ 3 ਲੜਕੇ ਅਤੇ 3 ਲੜਕੀਆਂ ਨੇ ਇਨਾਂ ਵਿੱਚੋਂ ਇੱਕ ਲੜਕੀ ਅਤੇ ਇੱਕ ਲੜਕੇ ਦਾ ਵਿਆਹ ਹੋ ਚੁੱਕਿਆ ਅਤੇ ਆਪਣੇ ਵਿਆਹ ਤੋਂ ਬਾਅਦ ਸ਼ੰਕਰ ਲਾਲ ਦਾ ਬੇਟਾ ਆਪਣੇ ਪਰਿਵਾਰ ਨੂੰ ਛੱਡ ਕੇ ਅਲੱਗ ਰਹਿਣ ਲੱਗ ਪਿਆ। ਅਜਿਹੇ ਵਿੱਚ ਨਿੱਕੀ ਨੇ ਹੌਸਲਾ ਕੀਤਾ ਅਤੇ ਰਾਜ ਮਿਸਤਰੀ ਦਾ ਕੰਮ ਸਿੱਖਿਆ ਤੇ ਹੁਣ ਨਿੱਕੀ ਇੱਕ ਨਿਪੁੰਨ ਰਾਜ ਮਿਸਤਰੀ ਵਜੋਂ ਕੰਮ ਕਰ ਰਹੀ ਹੈ। ਨਿੱਕੀ ਦੇ ਪਿਤਾ ਸ਼ੰਕਰ ਲਾਲ ਨੇ ਆਖਿਆ ਕਿ ਉਸ ਨੂੰ ਆਪਣੀ ਬੇਟੀ ਤੇ ਮਾਣ ਹੈ। ਸ਼ੰਕਰ ਲਾਲ ਨੇ ਲੋਕਾਂ ਨੂੰ ਵੀ ਇਹ ਸੰਦੇਸ਼ ਦਿੱਤਾ ਲੜਕੀਆਂ ਨੂੰ ਇੱਕ ਬੋਝ ਨਾ ਸਮਝਿਆ ਜਾਵੇ ਅਤੇ ਨਾ ਹੀ ਲੜਕੀਆਂ ਦੀ ਕੋਖ ਵਿੱਚ ਹਤਿਆ ਕੀਤੀ ਜਾਵੇ ਸਗੋਂ ਲੜਕੀਆਂ ਲੜਕਿਆਂ ਨਾਲੋਂ ਵੱਧ ਆਪਣੇ ਪਰਿਵਾਰ ਦਾ ਖਿਆਲ ਰੱਖਦੀਆਂ ਨੇ ਜੀ ਆਪਣਾ ਲੇਬਰ ਦਾ ਕੰਮ ਕਰਤਾ ਹੂੰ ਮੇਰੀ ਕੁੜੀ ਮਿਸਤਰੀ ਦਾ ਕੰਮ ਕਰਦੀ ਹੈ मेरी कुड़ी बड़ी चंगी कुड़ी है जी मुंडों से बढ़िया कुड़ी है जी आज के जमाने में कुड़ियों को नष्ट कर देते हैं वो गलत बात है जी जो बेटा साथ नहीं देता वो बेटी साथ देती है जी आ, कि, आपके आपके कितने बच्चे हैं आज मेरे चार बच्चे हैं दो मुंडा है जी दो कुड़ी हैं मेरे बड़ी कुड़ी की शादी कर दी जी वो भी मिस्त्री का काम करती थी लड़के क्या करते हैं लड़के की मेरे लेबर काम करता है वो मेरे से अड्डो हो गया जी आज आपको माना अपनी लड़की जी बहुत बड़ा माना जी बस मैं तारीफ करने लाक नहीं हूँ जितना तारीफ करूँ उतनी कम है जी ਮੇਰੀ ਕੁੜੀ ਤੇ ਮੇਰਾ ਬਹੁਤ ਬੜਾ ਮਾਨ ਹੈ ਜੀ ਇਸ ਮੌਕੇ ਨਿੱਕੀ ਨੇ ਫਾਸਟ ਵੇ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੇ ਕੰਮ ਨਾਲ ਬੇहद ਪਿਆਰ ਹੈ ਅਤੇ ਉਹ ਆਪਣੇ ਕੰਮ ਦੇ ਨਾਲ ਆਪਣੇ ਪਰਿਵਾਰ ਨੂੰ ਚਲਾ ਰਹੀ ਹੈ ਨਿੱਕੀ ਨੇ ਦੱਸਿਆ ਕਿ ਉਸ ਦੇ ਭਰਾ ਦੇ ਵਿਆਹ ਤੋਂ ਬਾਅਦ ਅਲੱਗ ਹੋਣ ਕਾਰਨ ਉਸ ਨੇ ਆਪਣੇ ਪਿਤਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਨਿੱਕੀ ਨੇ ਆਖਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਛੋਟੇ ਭਰਾ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਿਆ ਦੇਖਣਾ ਚਾਹੁੰਦੀ ਹੈ ਮਿਸਤਰੀ ਦਾ ਕੰਮ ਕਰਦੀ ਹੈ ਰਾਜ ਮਿਸਤਰੀ ਦਾ ਕੰਮ में हो दो तीन साल हो गए पापा क्या करते हैं? पापा मेरे लेबर का काम करते हैं हमारे साथ। अच्छा। और लेंटर लेंटर बगरा, पलेस्टर पलेस्टर बगरा, सब कर लेते हैं हम। हमारी अठारह साल मेरी एक बहन है दो भाई छोटा भाई पढ़ता है बड़ा भाई अलग हो गया और वो भाभी करके आने से अलग हो गया छोटा वाला भाई पढ़ा रहे हैं ਕਿੰਨੇ ਪੈਸੇ ਰੋਜ਼ ਕਮਾ ਲੈਂਦੇ ਤੁਸੀਂ ਅਸੀਂ 6-7 ਸੌ ਕਮਾ ਲੈਂਦੇ ਰੋਜ਼ ਮੇਰਾ ਪਾਈ ਸਾਡੀ ਇੱਛਾ ਹੈ ਮੇਰਾ ਪਾਈ ਪੜ ਕੇ ਉਹ ਅੱਛੀ ਸੀ ਨੌਕਰੀ ਲੱਗ ਜਾਏ ਇਹ ਕੰਮ ਜ਼ਿੰਦਗੀ ਭਰ ਸੋਨਾ ਕਰੇਗਾ ਉਹ ਜਿਆਨੂੰ ਹੁਣ ਨਹੀਂ ਮੰਨਣਾ ਚਾਹੀਦਾ ਮੁੰਡੇ ਮੁੰਡੇ ਤੋਂ ਜ਼ਿਆਦਾ ਕੁੜੀਆਂ ਦਿੰਦੀਆਂ ਹੌਸਲਾ ਉਹ ਬੁੜਾ ਪੜੇ ਤੁਹਾਡੇ ਡੈਡਿੰਗ ਛੱਡ ਕੇ ਚਲੇ ਗਿਆ ਹੋਰਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਹੋਰ ਲੋਕਾਂ ਨੂੰ ਜ਼ਿਆਦਾਤਰ ਕੁੜੀਆਂ ਤੇ ਵਿਸ਼ਵਾਸ ਰੱਖੇ ਮੁੰਡਿਆਂ ਤੇ ਕੋਈ ਵਿਸ਼ਵਾਸ ਨਾ ਰੱਖੇ ਨਿੱਕੀ ਦੇ ਇਸ ਹੌਸਲੇ ਨੂੰ ਦੇਖਦੇ ਆ ਪਟਿਆਲਾ ਦੀ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਵੱਲੋਂ ਨਿੱਕੀ ਦੇ ਹੌਸਲੇ ਦੀ ਦਾਦ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਜਿੱਥੇ ਮਹਿਲਾ ਦਿਵਸ ਮੌਕੇ ਹੋਰ ਨਾ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਇਸ ਦਿਨ ਅਸਲੀ ਸਨਮਾਨ ਦੀ ਹੱਕਦਾਰ ਨਿੱਕੀ ਹੈ। ਦੇਖਿਆ ਕਿ ਬੱਚੀ ਨਿੱਕੀ ਬੜੀ ਸੁਚੱਜਤੀ ਸੁਚੱਜੇ ਢੰਗ ਨਾਲ ਇਹ ਕੰਸਟਰਕਸ਼ਨ ਵਰਕ ਕਰ ਰਹੀ ਸੀ। ਮੈਂ ਉਸ ਤੋਂ ਬਾਅਦ ਸਸ ਐਲਵਰਜੀ ਨੂੰ ਪੁੱਛਿਆ ਗੁਰਸੇਵਕ ਜੀ ਨੂੰ ਇਹਨਾਂ ਨੇ ਦੱਸਿਆ ਕਿ ਪਿਛਲੇ 3-4 ਸਾਲ ਤੋਂ ਇਹ ਕੰਮ ਕਰਦੀ ਹੈ ਲੈਂਟਰ ਪਾ ਲੈਂਦੀ ਹੈ ਪਲਸਟਰ ਕਰਦੀ ਹੈ ਔਰ ਪੂਰੀ ਕੋਠੀ ਜਿਹੜੀ ਹੈ ਇਹ ਬਿਲਡ ਕਰਦੀ ਹੈ ਸੋ ਮੈਨੂੰ ਲੱਗਿਆ ਕਿ ਅੱਜ ਅਸੀਂ ਵੂਮਨ ਡੇ ਮਨਾ ਰਹੇ ਹਾਂ ਇੰਟਰਨੈਸ਼ਨਲ ਵੂਮਨ ਡੇ ਔਰਤਾਂ ਦਾ ਦਿਹਾੜਾ ਮਨਾ ਰਹੇ ਹਾਂ ਇਸ ਬੱਚੀ ਲਈ ਕੋਈ ਔਰਤਾਂ ਦਾ ਦਿਹਾੜਾ ਨਹੀਂ ਹੈ ਯਾ ਕਹੋ ਤਾਂ ਸੇਮ ਮਾਇਨੇ ਵਿੱਚ ਇਹ ਬੱਚੀ ਹੀ ਔਰਤਾਂ ਦਾ ਇੱਕ ਮੈਸੇਜ ਲੈ ਕੇ ਚੱਲ ਰਹੀ ਹੈ ਮੈਨੂੰ ਇਹਦੇ ਫਾਦਰ ਨਾਲ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਕਿ ਬੇਟਾ ਮੇਰਾ ਮੈਰਿਜ ਤੋਂ ਬਾਅਦ ਅਲੱਗ ਹੋ ਗਿਆ ਹੈ ਔਰ ਮੈਨੂੰ ਆਪਣੀ ਬੇਟੀ ਤੇ ਮਾਣ ਹੈ ਇਹ ਬੱਚੀ ਜਿਹੜੀ ਆ ਬਹੁਤ ਮਿਹਨਤੀ ਹੈ ਇਨੂੰ ਮੈਂ ਪੁੱਛਿਆ ਕੁਈ ਇਹਦਾ ਸ਼ੌਕ ਨਹੀਂ ਇਹਨੂੰ ਘੁੰਮਣ ਦਾ ਸ਼ੌਕ ਨਹੀਂ ਇਹਨੂੰ ਸ਼ਾਪਿੰਗ ਦਾ ਸ਼ੌਕ ਨਹੀਂ ਇਹਨੂੰ ਮੈਂ ਕਿਹਾ ਬੇਟਾ ਤੂੰ ਇੰਨਾ ਕਮਾਉਂਦੀ ਹੈ ਤੈਨੂੰ ਕਦੀ ਤੇਰੇ ਦਿਲ 'ਚ ਨਹੀਂ ਆਇਆ ਕਿ ਮੈਂ ਅੱਛੇ ਛੇ ਕੱਪੜੇ ਲਾਂ ਸਕੂਟਰ ਲਾਂ ਜਾਂ ਵਧੀਆ ਇਹ ਕਹਿੰਦੀ ਨਹੀਂ ਮੇਰੇ ਐਸਾ ਕੁਝ ਨਹੀਂ ਮੈਨੂੰ ਆਪਣਾ ਘਰ ਅੱਛਾ ਲੱਗਦਾ ਹੈ ਜਾਂ ਮੈਂ ਪਾਪਾ ਨਾਲ ਕੰਮ ਤੇ ਜਾਨੀ ਮੈਨੂੰ ਕੰਮ ਕਰਨਾ ਉਸ ਤੋਂ ਬਾਅਦ ਆਪਣਾ ਸਾਰਾ ਟਾਈਮ ਸੋ ਨਿੱਕੀ ਦੇ ਇਹਨਾਂ ਬੁਲੰਦ ਹੌਸਲਿਆਂ ਨੂੰ ਦੇਖਦੇ ਆਂ ਫਾਸਟਵੇ ਵੱਲੋਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਿੱਕੀ ਨੂੰ ਸਲਾਮ ਕੀਤਾ ਜਾਂਦਾ ਹੈ ਜੋ ਕਿ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਦਾ ਇੱਕ ਸਰੋਤ ਬਣ ਕੇ ਸਾਹਮਣੇ ਆਈ